ਵਾਹਿਗੁਰੂ ਖਾਲਸਾ ਜੀ ਫਤਿਹ। ਮੈਂ ਹੁਣੇ ਅਖਬਾਰ ਪੜ੍ਹ ਕੇ ਮਨ ਕੀ ਬਾਤ ਪਾ ਰਿਹਾ ਸੀ ਤੇ ਮੇਰੀ ਮਿਸਿਸ ਕਹਿ ਰਹੀ ਸੀ ਕਿ ਅਖਬਾਰ ਸਾਰੀਆਂ ਗੱਲਾਂ ਨੈਗੇਟਿਵ ਹੁੰਦੀਆਂ, ਕੋਈ ਚੱਜ ਦੀ ਗੱਲ ਵੀ ਕਰਿਆ ਕਰੋ। ਸੋ ਮੈਂ ਚੱਜ ਦੀ ਗੱਲ ਇਹ ਹੈ ਕਿ ਪੰਜ ਸੱਤਰ ਬਾਈ ਜਸਵੀਰ ਸਿੰਘ ਖਾਲਸਾ ਖੰਨੇ ਵਾਲੇ ਨੇ ਅਕੈਡਮੀ ਬਣਾਈ ਸੀ ਭਾਈ ਵੀਰ ਸਿੰਘ ਅਕੈਡਮੀ, ਸਕੂਲਾਂ ਜਾ ਕੇ ਬੱਚਿਆਂ ਨੂੰ ਧਰਮ ਦੀ ਵਿਦਿਆ ਦੇਣ ਲਈ। ਸਕੂਲਾਂ ਸੇਵਾ ਤਾਂ ਚੱਲ ਹੀ ਰਹੀ ਹੈ, ਦਸਵੇਂ ਦੇ ਗ੍ਰਹਿ ਵਿਖੇ ਵੀ ਹਰ ਸ਼ਨੀਵਾਰ ਤੇ ਐਤਵਾਰ ਸ਼ਾਮ ਨੂੰ 6 ਤੋਂ ਲੈ ਕੇ 7:30 ਵਜੇ ਤੱਕ ਬੱਚਿਆਂ ਦੀ ਗੁਰਬਾਣੀ ਕਲਾਸ ਲੱਗਦੀ ਹੈ। 256X ਮਾਡਰਨ ਐਕਸਟੈਂਸ਼ਨ ਟਿਊਸ਼ਨ ਵਾਰ ਸਾਹਮਣੇ ਅਟਵਾਲ ਸਾਹਿਬ ਵਾਲੀ ਗਲੀ। ਇਸ ਕਲਾਸ ਵਿਚ ਅਰਦਾਸ ਨੂੰ ਮੌਕਾ ਮਿਲਦਾ ਗੁਰਬਾਣੀ ਪੜ੍ਹਾਉਣ ਦਾ ਤੇ ਮੇਰੀ ਮਿਸਿਸ ਬੱਚਿਆਂ ਨੂੰ ਛੋਟੀਆਂ ਛੋਟੀਆਂ ਸਾਖੀਆਂ ਸੁਣਾਉਂਦੇ ਨੇ ਤੇ ਬੱਚੇ ਉਹਨਾਂ ਸਾਖੀਆਂ ਤੋਂ ਬੜੀ ਸਿੱਖਿਆ ਲੈਂਦੇ ਨੇ ਤੇ ਮਿਸਿਸ ਆਨ ਦਾ ਸਪੋਟ ਸਾਖੀ ਚੋਂ ਸਵਾਲ ਕਰਕੇ ਸੁਣ ਵੀ ਲੈਂਦੇ ਨੇ ਤੇ ਬਾਅਦ ਕੋਈ ਗੇਮਾਂ ਵੀ ਖੜਾ ਦਿੰਦੇ ਨੇ ਤੇ ਬਾਅਦ ਚਾਹ ਪਾਣੀ ਸਨੈਕਸ ਵੀ ਹੋ ਜਾਂਦਾ ਤੇ ਜਿਵੇਂ ਗਰਮੀ ਆਉਣ ਤੇ ਕੋਲਡ ਡਰਿੰਕ ਵਗੈਰਾ ਵੀ ਹੋ ਜਾਂਦੀ ਹੈ ਤੇ ਪਰਿਵਾਰ ਹੀ ਸੇਵਾ ਭੇਜਦੇ ਨੇ ਤੇ ਸਾਡੇ ਪਰਿਵਾਰ ਵਾਲੀ ਸੇਵਾ ਚੱਲ ਰਹੀ ਹੈ। ਮੇਰੀ ਮਿਸਿਸ ਇੱਕ ਚਲਦੀ ਫਿਰਦੀ ਟਕਸਾਲ ਨੇ ਭਾਈ ਵੀਰ ਸਿੰਘ ਅਕੈਡਮੀ ਦੀ, ਜਦੋਂ ਗੁਰੂ ਘਰ ਜਾਂਦੇ ਨੇ ਐਕਸਟੈਂਸ਼ਨ ਜਾਂ ਕਿਤੇ ਵੀ ਗਏ ਹੋਣ ਜਿੱਥੇ ਕੋਈ ਛੋਟਾ ਬੱਚਾ ਵੇਖ ਲੈਣ ਤੇ ਉਹਨੂੰ ਕੋਈ ਨਾ ਕੋਈ ਗੁਰਮਤਿ ਚੋਂ ਸਵਾਲ ਕਰਕੇ ਉਹਨੂੰ ਇਨਸੈਂਟਿਵ ਵਜੋਂ ਕੋਈ ਨਾ ਕੋਈ ਕਕਾਰ ਜਾਂ ਕੋਈ ਚੀਜ਼ ਦੇ ਦਿੰਦੇ ਨੇ ਤੇ ਈਵਨ ਜੇ ਬੱਚਿਆਂ ਦੇ ਮਾਪੇ ਕੋਲ ਖਲੋਤੇ ਹੋਣ ਉਹਨਾਂ ਦੇ ਸਵਾਲ ਕਰਦੇ ਨੇ ਤੇ ਕਈ ਤਾਂ ਬੜਾ ਅੱਛਾ ਮਹਿਸੂਸ ਕਰਦੇ ਨੇ ਕਿ ਆਂਟੀ ਜੀ ਨੇ ਕਮਾਲ ਕਰਤੀ ਹੈ, ਕਿਉਂਕਿ ਆਂਟੀ ਜੀ ਤੁਸੀਂ ਸਾਨੂੰ ਦੱਸੋ, ਸਾਨੂੰ ਤਾਂ ਪਤਾ ਹੀ ਕੁਛ ਨਹੀਂ ਆਪਣੇ ਇਤਿਹਾਸ ਬਾਰੇ। ਸੋ ਇਸ ਵੇਲੇ ਸਾਨੂੰ ਸਾਰਿਆਂ ਨੂੰ ਸਿੱਖ ਕੌਮ ਦੀ ਚਲਦੀ ਵਰਦੀ ਟਕਸਾਲ ਬਣਨਾ ਪਏਗਾ, ਪਰ ਉਹ ਬਣਿਓ ਜਿਹਦੇ ਕੋਲ ਗਿਆਨ ਹੈ, ਕਿਉਂਕਿ ਨਿਯਮ ਹਕੀਮ ਖਤਰਾ ਜਾਣ, ਇਹ ਨਾ ਹੋਵੇ ਜਵਾਬ ਕੋਈ ਹੋਰ ਤੇ ਤੁਸੀਂ ਜਵਾਬ ਕੋਈ ਹੋਰ ਦੇਈ ਚਲੋ ਤੇ ਕੋਸ਼ਿਸ਼ ਕਰੋ ਤੁਹਾਡਾ ਆਪਣਾ ਜੀਵਨ ਵੀ ਹੋਵੇ ਤੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ, ਕੋਈ ਨਾ ਕੋਈ ਸੇਵਾ ਜ਼ਰੂਰ ਕਰੋ। ਗੁਰੂ ਗੋਬਿੰਦ ਸਿੰਘ ਦਾ ਗੁਰੂ ਪੰਥ ਬਣਾਇਆ ਨਾ, ਉਹ ਸਿਰਫ ਤਖ਼ਤਾਂ ਜਥੇਦਾਰ ਨਹੀਂ ਬਣਾਏ ਤੇ ਵਿਕੇ ਹੋਏ ਨੇ, ਹਰ ਸਿੱਖ ਹੀ ਗੁਰੂ ਪੰਥ ਏ ਜੇ ਉਹ ਸਹੀ ਏ, ਗੁਰੂ ਨਾਲ ਜੁੜਿਆ ਹੋਇਆ। ਜੁੜਨ ਦਾ ਮਤਲਬ ਸਤਨਾਮ ਵਾਹਿਗੁਰੂ ਨਹੀਂ ਹੁੰਦਾ, ਮਨੁੱਖਤਾ ਦੇ ਕੰਮ ਆਉਣਾ, ਮਨੁੱਖ ਦੀ ਤਕਣੀ ਚੰਗੀ ਹੋਵੇ, ਮਨੁੱਖ ਦਾ ਬੋਲਣਾ ਠੀਕ ਹੋਵੇ, ਪਹਿਨਣਾ ਠੀਕ ਹੋਵੇ, ਖਾਣ ਠੀਕ ਹੋਵੇ, ਜੇ ਇਹ ਸਾਰੀਆਂ ਗੱਲਾਂ ਸਾਡੇ ਚ ਆ ਜਾਣ ਤਾਂ ਅਸੀਂ ਆਪ ਹੀ ਰੱਬ ਹਾਂ। ਮਨ ਤੂੰ ਜੋ ਸਰੂਪ ਹੈ ਆਪਣਾ ਮੁੱਲ ਪਛਾਣ। ਸੋ ਮੈਂ ਪਤਨੀ ਸਾਹਿਬਾਂ ਦੀ ਇਸ ਸੇਵਾ ਤੋਂ ਬੜਾ ਖੁਸ਼ ਹਾਂ ਤੇ ਸਾਰੇ ਸੰਸਾਰ ਦੀਆਂ ਲੇਡੀਜ਼ ਨੂੰ ਕਹਾਂਗਾ ਉਹ ਵੀ ਇਹਨਾਂ ਤੋਂ ਪ੍ਰੇਰਣਾ ਲੈਣ ਤੇ ਮਾਰਗਦਰਸ਼ਨ ਇਹ ਬਣ ਗਏ ਨੇ ਸਾਰਿਆਂ ਦੇ, ਅਤੇ ਸਾਰੀਆਂ ਬੀਬੀਆਂ ਆਪਣਾ ਮਾਤਾ ਖੀਵੀ ਭਾਈ ਭਾਗੋ ਬਣ ਕੇ ਸਿੱਖ ਕੌਮ ਨੂੰ ਹੀ ਨਹੀਂ ਸਾਰੇ ਸੰਸਾਰ ਅੰਦਰ ਇੱਕ ਰੋਸ਼ਨੀ ਦੀ ਲਹਿਰ ਪੈਦਾ ਕਰੋ। ਸਰਬੱਤ ਦਾ ਭਲਾ, ਵਾਹਿਗੁਰੂ ਖਾਲਸਾ ਇਸ ਤੇ।